नंद किशोर जी कितनी देर तो असी है काम दे मैं 95 तो कर पैरालाइज ये सारिया बीमारियां का इलाज अं करते हैं और साडा जिन्ना ट्रीटमेंट है रस्सियां दे नाल ही हुंदा है और कोई दवाई नहीं और वो बच्चे जेड़े के जन्म तो नहीं चल सके रस्सियां नाल ही छूटे। अच्छा कितने तो आज के मरीज होता है मेरे को दिल्ली कलकत्ता सहारनपुर तो आए ने कश्मीर तो बड़ा बंदा आंदा है और बाकी हिमाचल सारा ही पंजाब सारा पिंडा दे पिंड अटारी बागर डेरा बाबा नानक पता नहीं किन्ना क बंदा आंदा है। डॉक्टर ज्यादातर केड़ी बीमारी लोकां नूं ज्यादातर डिस्क सर्वाइकल है। डिस्क सर्वाइकल जेड़ी सर्वाइकल आ इहदे बारे गवर्नमेंट 10 साल बाद जाके सोचेगी कि टोटल बीमारी जेड़ी आ साडे मोबाइल दी रिलेशनशिप दे नाल पैदा हुंदी है। ਜਿਹੜੀਆਂ ਰਿਲੇਸ਼ਨ ਸਾਰੀਆਂ ਨੇ ਉਹ ਸਾਡੀਆਂ ਮਾਸਪੇਸ਼ੀਆਂ ਨੂੰ ਜਕੜ ਦਿੰਦੀਆਂ ਨੇ ਸਰਵਾਈਕਲ ਹੋ ਜਾਂਦੀ ਸਾਨੂੰ ਪਤਾ ਕੋਈ ਨਹੀਂ ਲੱਗਦਾ। ਡਾਕਟਰ ਕਹਿੰਦੇ ਕਾਲਰ ਲਾ ਲਓ ਬੋਲੋ ਨਾ ਸਿਰਹਾਣਾ ਨਾ ਲਓ ਇਹ ਸਾਰਾ ਇਸ ਬਿਮਾਰੀ ਦੇ ਨਾਲ ਕੋਈ ਤਾਲਕ ਨਹੀਂ ਗਾ। ਅਸੀਂ ਆਪਣੀ ਤਰ੍ਹਾਂ ਨਾਲ ਇਲਾਜ ਕਰੀਦਾ ਸਾਡੇ ਕੋਲ ਇੱਕ ਦਿਨ ਦੇ ਵਿੱਚ ਹੀ ਅਸੀਂ ਸਰਵਾਈਕਲ ਠੀਕ ਕਰ ਦਿੰਦੇ ਹਾਂ। ਜਿਹੜਾ ਬੱਚਾ ਉਹਦੀ ਇਲਾਜ ਕਰਦੇ ਫਿਰ ਉਹਨੂੰ ਕੀ ਹੋਇਆ ਸੀ? ਇਹ ਬੱਚਾ ਕੱਲ ਮੇਰੇ ਕੋਲ ਪਹਿਲੀ ਦਫਾ ਆਏ ਨੇ ਇਹਦੀਆਂ ਲੱਤਾਂ ਤੇ ਭਾਰ ਨਹੀਂ ਸੀ ਪੈਂਦਾ ਅਸੀਂ ਕੱਲ ਰੱਸੀ ਬੰਨ ਕੇ ਚਲਾਇਆ ਏ ਕੱਲ ਹੀ ਬੜਾ ਫਰਕ ਪਿਆ ਏ ਅੱਜ ਇਹਨੂੰ ਹੋਰ ਫਰਕ ਪੈ ਜਾਏਗਾ ਚਲਾ ਕੇ ਵੇਖੋ ਕੀ ਹੋਇਆ। ਸਰ ਲੋਕਾਂ ਨੂੰ ਕੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿਸ ਤਰੀਕੇ ਨਾਲ ਆਪਣੀ ਸ਼ੁਰੂਆਤ ਕਰਨ ਦਿਨ ਦੀ ਜਿਹੜੀ ਬੈਸਟ ਰਹੇ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਪਹਿਲਾਂ ਰਿਵਾਜ ਸੀਗਾ ਕਿ ਲੋਕ ਉੱਠ ਕੇ ਮਾਲਿਸ਼ ਕਰਦੇ ਸੀ ਸੈਰ ਕਰਦੇ ਸੀ 1-2 ਕਿਲੋਮੀਟਰ ਸਰੀਰ ਗਰਮ ਹੁੰਦਾ ਸੀ ਉਹ ਚੀਜ਼ਾਂ ਬੜੀ ਦੂਰ ਚੱਲ ਗਈਆਂ ਨੇ ਕਿਉਂਕਿ ਸਾਡਾ ਸਾਥ ਜਿਹੜਾ ਉਹ ਮੋਬਾਈਲ ਨੇ ਲੈ ਲਿਆ ਹੈ ਜਿਹਦੀ ਮੋਬਾਈਲ ਨਾਲ ਰਿਸ਼ਤੇਦਾਰੀ ਹੋ ਗਈ ਉਹ ਕੋਈ ਕੰਮ ਨਹੀਂ ਕਰ ਸਕਦਾ। ਮੈਂ ਅੰਮ੍ਰਿਤਸਰ ਥਾਣਾ ਇਸਲਾਮਾਬਾਦ ਦੇ ਸਾਹਮਣੇ ਮੇਰਾ ਸੈਂਟਰ ਆ ਮੈਂ ਸਵੇਰੇ 7 ਵਜੇ ਆਪਣੇ ਕੰਮ 'ਤੇ ਲੱਗ ਜਾਂਦਾ ਸ਼ਾਮੀ 5-5:30 ਵਜੇ ਤੱਕ ਅਸੀਂ ਕੰਮ ਕਰਦੇ ਹਾਂ। ਕੋਈ ਵੀ ਬੰਦਾ ਮੇਰੇ ਕੋਲੋਂ ਜੇ ਸਿੱਖਿਆ ਲੈਣਾ ਚਾਹੁੰਦਾ ਮੈਂ ਬੜੀ ਖੁਸ਼ੀ ਨਾਲ ਉਹਨੂੰ ਕਹਾਂਗਾ ਔਰ ਮੈਂ ਇਸ ਤਰ੍ਹਾਂ ਦੇ ਸੋਨੀਆ ਸ਼ਰਮਾ ਮੈਂ ਸਨਪੁਰ ਤੋਂ ਆਈ ਹੋਈ ਜੀ। ਬਸ ਮੇਰਾ ਬੇਟਾ ਨਹੀਂ ਚੱਲਦਾ ਜੀ ਮੈਂ ਸਾਰੀ ਜਗ੍ਹਾ ਧੱਕੇ ਖਾ ਚੁੱਕੀ ਹੋਈ ਸੀ ਇੱਥੇ ਮੈਨੂੰ ਫੋਨ ਮੇਰੀ ਭਰਜਾਈ ਦਾ ਗਿਆ ਹੋਇਆ ਸੀ ਕਹਿ ਰਹੇ ਵੀ ਇੱਥੇ ਆ ਕੇ ਇੱਕ ਵਾਰੀ ਤੁਸੀਂ ਵੇਖੋ ਆ ਕੇ ਵੀ ਬਹੁਤ ਸੁਣਿਆ ਹੋਇਆ ਮੈਂ ਖੁਦ ਠੀਕ ਹੋਇਆ ਇੱਥੋਂ ਤੇ ਮੈਨੂੰ ਸਾਰੇ ਡਾਕਟਰ ਕਹਿ ਰਹੇ ਸੀ ਮੈਂ ਚੱਲ ਨਹੀਂ ਪਾਏਗਾ ਕਦੀ ਕੋਈ ਕਹਿੰਦਾ ਸੀ 1 ਸਾਲ ਲੱਗੇਗਾ ਕੋਈ ਕਹਿ ਰਿਹਾ 2 ਸਾਲ ਲੱਗੇਗਾ ਮੈਂ ਆਪਰੇਸ਼ਨ ਤੱਕ ਕਰਵਾਇਆ ਹੋਇਆ ਜੇ ਬੱਚਾ ਕਹਿੰਦਾ ਹੈ ਵੀ ਮੰਮੀ ਮੈਂ ਤੁਰੂੰਗਾ ਕਦੀ ਨਹੀਂ ਤੁਰੂੰਗਾ ਕੋਈ ਜਿੱਦਾਂ ਕਹਿ ਦਿੰਦੇ ਬੇਟਾ ਤੁਰੇਗਾ ਨਹੀਂ ਸਾਰੀ ਉਮਰ ਇੱਦਾਂ ਹੀ ਰਹੇਗਾ ਬੱਚੇ ਦੇ ਦਿਲ ਤੋਂ ਕਿੰਨੀ ਵੱਡੀ ਬੀਤ ਜੇ ਬੱਚਾ ਮੈਨੂੰ ਕਹਿੰਦਾ ਹੁਣ ਬੱਚਾ ਕਹਿ ਰਿਹਾ ਮੰਮੀ ਮੈਂ ਤੁਰੂੰਗਾ ਅੰਕਲ ਕਹਿ ਰਹੇ ਤੁਰੂੰਗਾ ਤੁਰ ਕੇ ਜਾਏਗਾ 1 ਹਫ਼ਤੇ 'ਚ ਹਾਂਜੀ ਮੈਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੇਰਾ ਬੇਟਾ ਤੁਰੂਗਾ ਤੁਰ ਕੇ ਜਾਏਗਾ ਆਪਣੇ ਦਾਦੀ ਹਾਂਜੀ ਹਾਂਜੀ ਇਹ ਦੂਜਾ ਦਿਨ ਹੈ ਪਹਿਲੇ ਦਿਨ ਜਦੋਂ ਕੁੱਬ ਵਗੈਰਾ ਸਭ ਕੁਛ ਠੀਕ ਹੋ ਗਿਆ ਹੈ ਹਾਂਜੀ ਕੁੱਬ ਨਿਕਲ ਗਿਆ ਦਾ ਹਾਂਜੀ ਕਹਿ ਰਹੇ 1 ਹਫ਼ਤੇ ਦਿਨ ਦਾ ਠੀਕ ਹੋ ਜਾਏਗਾ ਤੁਹਾਡਾ ਬੇਟਾ ਵਿਸ਼ਵਾਸ ਦਿਲਵਾਇਆ ਇਹਨਾਂ ਨੇ ਮੈਨੂੰ ਪਹਿਲੇ ਮੇਨ ਗੱਲ ਤੇ ਕੋਈ ਡਾਕਟਰ ਵਿਸ਼ਵਾਸ ਨਹੀਂ ਦੇ ਰਿਹਾ ਸੀ ਹਾਂਜੀ ਮੈਨੂੰ ਵਿਸ਼ਵਾਸ ਹੋ ਗਿਆ ਪੂਰਾ ਵੀ ਹੁਣ ਇੱਥੇ ਤੁਰ ਕੇ ਜਾਏਗਾ ਇੱਕ ਹਾਂਜੀ ਕੁੱਬ ਨਿਕਲ ਗਿਆ ਕਿ ਆਪਣੀ ਤਾਂ ਪੈਰ 'ਚ ਬੱਚਾ ਕਦੀ ਪੈਰ ਠੰਡੇ ਰਹਿੰਦੇ ਸੀ 24 ਘੰਟੇ ਉਹਨਾਂ ਦੇ ਪੈਰ ਕੱਲ੍ਹ ਦੇ ਗਰਮ ਹੋਏ ਪਏ ਆ ਹਾਂਜੀ ਇਸ ਕਰਕੇ ਮੈਨੂੰ ਵਿਸ਼ਵਾਸ ਹੋ ਗਿਆ ਤੇ ਤੁਰ ਕੇ ਜਾਏਗਾ।